ਸਾਹਿਬ ਨੌ ਲੈ ਕੇ ਇਹਨਾਂ ਨੂੰ ਬੁਲਾ ਦੇ ਤੁਰੀਏ ਛੇਤੀ ਜਾ ਰਹੇ ਤੇ ਇੱਕ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਮੰਚ ਤੋਂ ਕਿਹਾ ਵੀ ਨਕੋਦਰ ਗੋਲੀਕਾਂਡ ਦੀ ਦੁਬਾਰਾ ਜਾਂਚ ਕੀਤੀ ਜਾਏਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਜਿਹੜੀ ਜਾਂਚ ਹੋਊਗੀ ਉਦੋਂ ਬਾਅਦ ਕਿਹੜਾ ਕਮਿਸ਼ਨ ਬਿਠਾਉਣਗੇ ਇਹਨਾਂ ਨੂੰ ਤਾਂ ਇਹ ਹੈ ਕਿ ਹਰੇਕ ਚੀਜ਼ 'ਤੇ ਪੋਲੀਟੀਕਲੀ ਖੋਲ੍ਹ ਲਓ ਸਾਨੂੰ ਕੀ ਕਰਾ ਦਿਆ ਸਾਡੇ 'ਤੇ ਤਾਂ ਉਹ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦੇਖ ਲੈਣ ਉਹ ਜਸਟਿਸ ਹਾਈ ਕੋਰਟ ਦੇ ਜੱਜ ਤੋਂ ਕਿਹੜੀ ਵੱਡੀ ਜਾਂਚ ਕਰਾ ਲੈਣਗੇ ਇਹ ਪੋਲੀਟੀਕਲ ਸਟੇਟਮੈਂਟ ਹੈ ਨਾ ਸਾਰੀਆਂ ਕੋਈ ਵੀ ਸਰਕਾਰ ਦੀ ਮਨਮਰਜ਼ੀ ਨਹੀਂ ਹੁੰਦੀ ਕਿ ਕਿਸੇ ਵੀ ਕਮਿਸ਼ਨ ਤੋਂ ਬਾਅਦ ਜਦੋਂ ਮਰਜ਼ੀ ਕੋਈ ਜਾਂਚ ਖੋਲ੍ਹ ਲੈਣ ਫਾਈਨਲ ਹੋਈ ਹੋਈ ਰਿਪੋਰਟ ਇਸ ਕਰਕੇ ਸਾਰੀਆਂ ਸਿਆਸੀ ਡਰਾਮੇ ਨੇ ਸਿਆਸੀ ਡਰਾਮੇ ਕਰਨੇ ਇਹਨਾਂ ਨੂੰ ਬੰਦ ਕਰਨੇ ਚਾਹੀਦੇ ਆ ਅਮਰ ਸਿੰਘ ਨੇ ਵੀ ਮਤਲਬ ਸਿਆਸੀ ਡਰਾਮਾ ਕੀਤਾ ਹੋਣਾ ਜਿਹੜੀ ਗੱਲ ਕਹੀ ਹੈ ਵੀ ਚੱਲ ਜੂ ਗੱਲ ਪਰ ਅਸੀਂ ਚੱਲਣ ਨਹੀਂ ਦਿੱਤੀ ਕਿਉਂਕਿ ਅਸੀਂ ਤੱਥਾਂ 'ਤੇ ਆਧਾਰਿਤ ਗੱਲ ਕਰਦੇ ਹਾਂ ਫਿਰ ਮੂੰਹ ਦੀ ਖਾਣੀ ਪਈ ਨਾ ਜਦੋਂ ਮਾਫ਼ੀ ਮੰਗ ਲਈ ਕਮਿਸ਼ਨ ਤੋਂ ਫਿਰ ਕੀ ਵੱਡੀ ਗੱਲ ਕੀ ਰਹਿ ਗਈ ਇਹ ਜਿਹੜਾ ਕੈਪਟਨ ਸਾਹਿਬ ਨੂੰ ਵੀ ਗੈਰ ਜ਼ਿੰਮੇਵਾਰੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਕਮਿਸ਼ਨ ਹੈ ਸਿਆਸੀ ਦੀ ਗੱਲ ਹੈ ਉਹ 'ਤੇ ਕੀ ਦੁਬਾਰਾ ਰਿਪੋਰਟ ਕਰਾਉਣਗੇ ਜਿਹੜੀ ਕਮਿਸ਼ਨ ਹੈ ਦੋ ਹੀ ਗੱਲਾਂ ਕਰਦਾ ਨਾ ਕਿ ਗੋਲੀ ਕਿਹਨੇ ਚਲਾਈ ਨੰਬਰ 2 ਗੋਲੀ ਚਲਾਉਣੀ ਵਾਜਬ ਸੀ ਜਾਂ ਨਹੀਂ ਸੀ ਇਹ ਕਮਿਸ਼ਨ ਦੇਖਦਾ ਉਹਨਾਂ ਨੇ ਦੱਸਤਾ ਵੀ ਗੋਲੀ ਐਸਪੀ ਓਪਰੇਸ਼ਨ ਨੇ ਕਰਾਈ ਨਾਲੇ ਵੀ ਹੈ ਕਿ ਗੋਲੀ ਚਲਾਉਣੀ ਵਾਜਬ ਨਹੀਂ ਸੀ ਫਿਰ ਹੋਰ ਕੀ ਕਰਾਉਣਗੇ ਦੁਬਾਰਾ ਜਾਂਚ ਕੀ ਕਰਾਉਣਗੇ ਦੁਬਾਰਾ ਜਾਂਚ ਐਡੇ ਵੱਡੇ ਜ਼ਿੰਮੇਵਾਰ ਅਧਿਕਾਰੀ ਨੇ ਜ਼ਿੰਮੇਵਾਰ ਚੀਫ ਮਿਨਿਸਟਰ ਨੂੰ ਇਹੋ ਜਿਹੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ